3D मॉडल बनाना चाहते हैं, ठीक है। लैंप जे स्विट्जरलैंड के राजे का मुकुट है, वो लैंप बना पैंता है, ठीक है। बट साडे कोल अवेलेबल की है, साडे कोल अवेलेबल सिर्फ फोटो है, ठीक है। अंदर ने फोटो पे लिख के डायमेंशन देखी है, ठीक है। हुण असीं की कीता, ऑटोकैड खोल ली, ठीक है। ऑटोकैड खोल के आ फोटो नूं चक के ऑटोकैड च लिआंगे, इत्थे क्लिक करांगे एंटर, एंटर, ठीक है। स्केल चेंज नहीं कीता, रोटेशन एंगल चेंज नहीं कीता, फोटो इतने आ गई। इस फोटो हूँ असी ट्रेस करना एक तरीके ने, रिवर्स इंजीनियरिंग, बट सानू पता की है कि इतों की लैके जो उतों ऑन कर दी तो इतने तक थोड़ा जहा फोटो अपन मूव कर सकते हैं, कर सकते हैं एग्जैक्ट इतने तक। ये डायमेंशन हैगी है 3500 mm, 3500 है, हाँ 3500 mm है। तो कंट्रोल 8 दे नाल कैलकुलेटर खुलता, 3500 चाहिए, तो साडा आ कितना रहा है, 272.89। जिन्नी वैल्यू आई, जे मैं इहदा स्केल चेंज कर दूँगा उन्ना ਤਾਂ ਉਹ ਡਿਮੈਂਸ਼ਨ ਜਿਹੜੀ ਹੈਗੀ ਹੈ 3500। ਕੋਈ ਨਹੀਂ, ਕੋਈ ਗੱਲ ਨਹੀਂ, ਇਹਨੂੰ ਕਰਾਂਗੇ 3499.97। 3500 ਚਾਹੀਦਾ ਨਾ, 3500 ਡਿਵਾਈਡ ਬਾਏ 34, ਜਿੰਨਾ ਆ ਰਿਹਾ ਜਿੰਨਾ ਚਾਹੀਦਾ ਡਿਵਾਈਡ ਬਾਏ ਜਿੰਨਾ ਆ ਰਿਹਾ, ਠੀਕ ਹੈ। ਇਹ ਵੈਲਿਊ ਆ ਗਈ, ਇਹਨੂੰ ਇੱਕ ਵਾਰੀ ਫਿਰ ਦੁਬਾਰਾ ਸਕੇਲ ਚੇਂਜ, ठीक है। 3500 एग्जैक्ट होने तो बाद बस अभी जिन्ने पैसे मिल रहे हो उन्नी एक्यूरेसी दे नाल, जिदा सानू पता है ठीक है, आर्क लगा सकते हैं जिथे लाइन नजर आती है उत्थे लाइन लगा सकते हैं, जिथे आर्क नजर आती है उत्थे आर्क लगा सकते हैं, जिथे ठीक है। हम तो मैं जल्दी जल्दी कर रहा है बट यही चीज़ नूं असीं बहुत ही प्यार नाल भी कर सकते हैं ताकि साड़ी एग्जैक्ट डायमेंशन आ जाए। कुछ असी अपना थोड़ा बहुत दिमाग भी लगा सकते हैं बिच, जिदा दूजे पासे बनाना, दूजे पासे ट्रेस की लोड़ नहीं ना, मिरर कर देंगे।
ਉਹਦਾ ਆਪਾਂ ਐਡਜਸਟ ਇਹਨੂੰ ਫੋਟੋ ਨੂੰ ਵੀ ਕਰ ਸਕਦੇ ਹਾਂ। ਹੁਣ ਜਿੰਨੀ ਫੋਟੋ ਦੀ ਕਲੈਰਿਟੀ ਹੋਊਗੀ ਹੈ ਨਾ ਉਨਾ ਅੱਛਾ ਆਊਗਾ। ਹੁਣ ਇਹ ਫੋਟੋ ਤਾਂ ਇੱਦਾਂ ਹੀ ਹੈ ਨਾ ਵਧੀਆ ਤਰੀਕੇ ਨਾਲ ਨਹੀਂ ਖਿੱਚੀ ਹੋਈ, ਐਚ ਡੀ ਫੋਟੋ ਲੈ ਲਓ ਐਨ ਐਗਜੈਕਟ। ਥੋੜ੍ਹੀ ਜਿਹੀ ਪ੍ਰੈਕਟਿਸ ਤੋਂ ਬਾਅਦ ਸਾਨੂੰ ਸਮਝ ਵੀ ਆਉਣ ਲੱਗ ਜੂਗਾ ਵੀ ਅਸੀਂ ਲਾਈਨ ਦੇ ਅੰਦਰ ਲਈਏ ਬਾਹਰ ਲਈਏ ਡਿਮੈਂਸ਼ਨਾਂ ਦੇ ਅਕੋਰਡਿੰਗ। ਜਿੱਦਾਂ ਕੋਈ ਡਿਮੈਂਸ਼ਨ ਕੱਢਣੀ ਹੈ ਸਾਨੂੰ ਇਹ ਨਹੀਂ ਪਤਾ ਇਹ ਲੈਂਪ ਦੀ ਚੌੜਾ ਕਿੰਨਾ, ਠੀਕ ਹੈ, ਅਤੇ ਇੱਥੋਂ ਦੀ ਇੱਕ ਲਾਈਨ ਲਗਾਓ ਔਰ ਥੋੜ੍ਹਾ ਔਨ ਕਰ ਲੈਂਦੇ, ਠੀਕ ਹੈ, ਜਿੱਥੇ ਮੈਕਸੀਮਮ ਤੁਹਾਨੂੰ ਸਹੀ ਲੱਗਦਾ। ਉਸ ਤੋਂ ਬਾਅਦ ਇਹ ਡਿਮੈਂਸ਼ਨ ਚੈੱਕ ਕਰੋ 299.92। ਹੁਣ ਸਾਡੇ ਕੋਲ ਇੰਨੀ ਅਕਲ ਹੈਗੀ ਹੈ ਕਿ ਕੋਈ ਵੀ ਇਸ ਸਾਈਜ਼ ਦਾ ਕਿਉਂ ਬਣਾਉਂਦਾ, ਠੀਕ ਹੈ, ਫਿਰ ਅਸੀਂ ਲੈਂਥਨ ਯੂਜ ਕਰ ਸਕਦੇ ਹਾਂ। ਲੈਂਥਨ ਟੋਟਲ ਫਿਰ ਇਹਨੂੰ ਮੂਵ ਕਰਕੇ ਇਹਦੇ ਮਿਡ ਪੁਆਇੰਟ ਨੂੰ ਚੈੱਕ ਕਰੋ, ਠੀਕ ਹੈ। ਹੁਣ ਆ ਮੋਟਾ ਕਿੰਨਾ ਹੋਊਗਾ, ਉਨਾ ਹੀ ਹੋ ਸਕਦਾ ਇੱਥੇ ਲਗਾ ਸਕਦੇ। ਫਿਰ ਆਫਸੈਟ ਕਰ ਸਕਦੇ ਜਦ ਆਪਾਂ ਮੋਬਾਈਲ ਖਰੀਦਦੇ ਹੈਗੇ ਹਾਂ ਹੈ ਨਾ, ਮੋਬਾਈਲ ਖਰੀਦਦੇ ਹਾਂ ਉਹਦੀ ਬੋਡੀ ਖਰਾਬ ਹੋ ਜਾਂਦੀ ਹੈ, ਇਹਦੀ ਬੋਡੀ ਲਾਈਨ ਜਦ ਜਾਂਦੇ ਹਾਂ ਅਤੇ ਉਹ ਕਹਿੰਦੇ ਨਾ ਵੀ ਕਿਹੜੀ ਬੋਡੀ ਚਾਹੀਦੀ ਤੁਹਾਨੂੰ, ਏ ਬੋਡੀ ਚਾਹੀਦੀ ਹੈ, ਏ ਟੀ ਚਾਹੀਦੀ ਹੈ, ਠੀਕ ਹੈ, ਕਿਹੜੇ ਕਿਹੜੇ ਕਲਾਸ ਦੀ ਬੋਡੀ ਚਾਹੀਦੀ ਹੈ, ਮਾਡਲ ਵਾਈਜ਼ ਨਹੀਂ ਕੁਆਲਿਟੀ ਵਾਈਜ਼। ਹਾਂ ਮਤਲਬ ਇੱਕ ਤਾਂ ਕਹਿੰਦੇ ਨਾ ਵੀ ਇੱਕ ਇਹ ਪੀਸ ਜਿਹੜਾ ਹੈਗਾ ਕੰਪਨੀ ਦਾ ਇਹ ਓਰਿਜਿਨਲ ਹੈ, ਠੀਕ ਹੈ, ਇਹ ਉਸ ਤੋਂ ਥੋੜ੍ਹਾ ਇਹ 100 ਰੁਪਏ ਵਾਲਾ, ਇਹ 500 ਰੁਪਏ ਵਾਲਾ, ਇਹ 1000 ਰੁਪਏ ਵਾਲਾ, ਕਿਹੜਾ ਲੈਣਾ ਹੁਣ? ਯਾਨੀ ਕਿ ਜਿਹਨੇ 500 ਰੁਪਏ ਵਾਲੇ ਨੇ ਜਿਹਦੇ ਕੋਲ 1000 ਰੁਪਏ ਵਾਲੀ ਜਿਹੜਾ ਵੇਚ ਰਿਹਾ ਉਹਦੇ ਕੋਲ ਡਰਾਇੰਗ ਸੀਗੀ, ਜਿਹਦੇ ਕੋਲ 500 ਵਾਲੀ ਸੀਗੀ ਉਹਦੇ ਕੋਲ ਐਚ ਡੀ ਫੋਟੋ ਸੀਗੀ, ਜਿਹਦੇ ਕੋਲ 100 ਰੁਪਏ ਵਾਲੀ ਹੈ ਉਹਦੇ ਕੋਲ ਘਟੀਆ ਫੋਟੋ ਸੀ, ਸਿਰਫ ਇੰਨਾ ਹੀ ਫਰਕ ਤਿੰਨਾਂ ਨੇ ਬਣਾਈ, ਠੀਕ ਹੈ ਕਿ ਨਹੀਂ। ਇੱਦਾਂ ਹੀ ਅਸੀਂ ਜਿਹੜੀ ਮਰਜ਼ੀ ਡਿਮੈਂਸ਼ਨ ਕਰ ਸਕਦੇ, ਕੋਈ ਕਹਿੰਦਾ ਨਹੀਂ ਜੀ ਮੈਨੂੰ ਆਹ ਡਿਮੈਂਸ਼ਨ ਤਾਂ ਤੁਸੀਂ ਦਿੱਤੀ ਨਹੀਂ, ਕੋਈ ਗੱਲ ਨਹੀਂ, ਇੱਥੇ ਇੱਕ ਲਾਈਨ ਲਗਾਓ, ਇੱਥੇ ਇੱਕ ਲਾਈਨ ਲਗਾਓ, ਡਿਮੈਂਸ਼ਨ ਚੈੱਕ ਕਰ ਲਓ ਕਿੰਨੀ ਆ ਰਹੀ ਹੈ 906। ਹੁਣ ਇੰਨੀ ਅਕਲ ਸਾਡੇ ਕੋਲ ਹੈਗੀ ਹੈ ਕਿ 906 ਕਿਉਂ ਬਣਾ ਹੋਊਗਾ ਕੋਈ, ਠੀਕ ਹੈ, ਪਰਸੈਂਟ ਇੱਥੇ ਟੋਟਲ 900 ਕਰੋ, ਇਹਨੂੰ ਸਿਲੈਕਟ ਕਰੋ, 900 ਹੋ ਗਈ, ਇਹਨੂੰ ਮੂਵ ਕਰਕੇ ਹੁਣ ਜਿਹੜਾ 100 ਰੁਪਏ ਵਾਲਾ ਹੋਊਗਾ ਜਿਹਦੀ ਡਰਾਇੰਗ ਹੈ ਨਾ ਉਹਨੇ ਆਹ ਨਹੀਂ ਕੀਤਾ, ਉਹਨੇ 906 ਨੂੰ 906 ਚੱਕ ਕੇ ਟਾਈਮ ਬਚਾਉਣਾ ਸੀ ਨਾ, ਉਹਨੇ ਪੈਸੇ ਵੀ ਤਾਂ ਬਚਾਉਣ ਤਾਂ ਹੀ ਬਚਣਗੇ ਜੇ ਟਾਈਮ ਬਚੂਗਾ, ਉਹਨੇ 906 ਨੂੰ 906 ਕਰਤਾ। ਜਿਹਨੇ ਦਿਮਾਗ ਲਗਾਉਣਾ ਉਹਨੇ ਉਹਨੂੰ ਵੱਧ ਪੈਸੇ ਮਿਲਣੇ ਸਿੰਪਲ, ਠੀਕ ਹੈ, ਆਪਣਾ ਦਿਮਾਗ ਲਗਾ ਸਕਦਾ ਨਾ ਵੀ 906 ਦਾ ਕੋਈ ਮਤਲਬ ਨਹੀਂ ਬਣਦਾ, ਸਮਝੇ। ਅਤੇ ਆਟੋਕੈਡ 'ਚ ਟਰੇਸ ਕਰਕੇ ਅਸੀਂ ਫਿਰ ਸੋਲਿਡ ਵਰਕਸ ਲਿਜਾ ਸਕਦੇ ਹਾਂ, ਠੀਕ ਨਹੀਂ, ਅਤੇ ਇੱਥੇ ਜਾ ਕੇ ਅਸੀਂ ਐਕਸਪਲੋਰ ਕਰ ਸਕਦੇ ਹਾਂ, ਫਿਰ ਇੱਥੇ ਵੈਲਿਊਏਟ ਜਾ ਕੇ ਨਹੀਂ ਆਟੋਕੈਡ ਇਹ ਤਾਂ ਫੋਟੋ ਆਈ ਸੀ ਸਾਡੇ ਕੋਲ, ਕੁਝ ਨਹੀਂ ਹੁੰਦਾ ਐਕਚੁਲੀ, ਜੇ ਵੇਟ ਕੱਢਣਾ ਅਸੀਂ ਕਿਆ ਹੋਗਾ ਵੇਟ ਕਰਤਾ, ਜਿੱਦਾਂ ਉਹ ਇਹ 'ਚ ਵੀ ਫੋਟੋ ਹੈਗੀ ਹੈ, ਇਹ 'ਚ ਵੀ ਫੋਟੋ ਲਿਆਉਂਦੀ ਹੈ ਹੈ ਸਨੈਪ, ਬੰਦੇ ਨੇ ਕਸਟਮਰ ਸਨੈਪ ਹੀ ਲੈ ਕੇ ਆਇਆ ਨਾ,